75 साल की उम्र ਦੇ ਵਿੱਚ ਉੱਥੇ ਸਕਿਉਰਟੀ ਗਾਰਡ ਦਾ ਕੋਰਸ ਕੀਤਾ ਨੇ। ਦੁਨੀਆ ਦੀ ਹਰ ਸ਼ੈ ਬਦਲ ਗਈ, ਬਦਲੇ ਟੰਗ ਪਿਆਰਾਂ ਦੇ। ਜਿਹੜੀ ਜਨਤਾ ਅੱਜ ਕੱਲ ਨਸ਼ੇ ਦੇ ਵਿੱਚ ਪਈ ਹੈ ਤਾਂ ਆਪਣਾ ਸਰੀਰ ਆ, ਜੇ ਤੁਹਾਡਾ ਸਰੀਰ ਆ ਤਾਂ ਸਭ ਕੁਝ ਆ। हांजी मित्रों, की हाल चाल, वेलकम बैक टू माई यूट्यूब चैनल। गाइस आई होप तुसी सारे जणे घेंट हो, कैम हो, खुश होंगे अपनी जिंदगी दे विच। सो मित्रों, जिद्दां कि तुहानू पता आपां नू सियाणे दे नाल गल्लां पता करनियां बहुत वधिया लगदियां, क्योंकि आपां नू उहनां दे एक्सपीरियंस बारे पता लगदा कि लाइफ दे विच किद्दां अप्स एंड डाउनस आपां स्ट्रगल फेस करदे आ। सो अज अपने नाल है मिस्टर केर सिंह, अपने फुफड़ जी है, कैनेडा तो आए आ। तो आप अज इन्हों बारे सब कुछ जानकारी लैनी कि किदा इन्होंने अपनी लाइफ बिताई है, किदा स्ट्रगल किया वा, तो किदा ये यंग जनरेशन मोटीवेट कर सकते हैं कि इन्हें एक्सपीरियंस जानते हैं। इन्होंने पहला भी इंटरव्यू दिता वा, सो सानू मिलाने इन्होंने केर सिंह ने जी ना। हाँ जी, फिर सत श्रीकाल जी प्यारे दर्शको, सारू प्यार भरी सत श्रीकाल। हाँ जी प्यारे दर्शको, जे जिंदगी सफलता पानी है ना, ਤੁਹਾਨੂੰ ਬਹੁਤ ਜ਼ਿਆਦਾ ਸਟਰਗਲ ਕਰਨੀ ਪੈਣੀ ਹੈ। ਕਿਉਂਕਿ ਜ਼ਿੰਦਗੀ ਦਾ ਨਾਂ ਹੀ ਸਟਰਗਲ ਆ। ਜੇ ਆਪਾਂ ਸਟਰਗਲ ਨਹੀਂ ਕਰਾਂਗੇ ਤਾਂ ਆਪਾਂ ਨੂੰ ਸਭ ਕੁਝ ਬੈਠੇ ਬਿਠਾਏ ਮਿਲ ਜਾਊਗਾ, ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਜ਼ਿੰਦਗੀ ਦਾ ਨਾਂ ਹੀ ਸਟਰਗਲ ਹੈ, ਸਟਰਗਲ ਆ। ਹਾਂਜੀ, ਤੇ ਹੁਣ ਤਾਂ ਇਦਾਂ ਦੀ ਹੋ ਗਿਆ ਜਿਵੇਂ ਗੱਲਬਾਤ, ਦਿਲ ਉਦਾਸ ਰਹਿੰਦਾ ਹੈ। ਹਾਂਜੀ, ਤੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਇਹ ਸ਼ਾਇਰੀ ਵੀ ਬਹੁਤ ਸੋਹਣੀ ਕਰਦੇ ਆ, ਤੇ ਆਪਾਂ ਹੌਲੀ ਹੌਲੀ ਜਿੱਦਾਂ ਜਿੱਦਾਂ ਵੀਡੀਓ ਵਧੀ ਜਾਣੀ ਤੇ ਆਪਾਂ ਤੁਹਾਨੂੰ ਸਟੋਰੀ ਵੀ ਸੁਣਾਵਾਂਗੇ ਇਹਦੀ। ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਸਟਰਗਲ ਪੁੱਛਦੇ ਆ। ਇਹਨਾਂ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੀ ਕੰਟਰੀਆਂ ਦੇ ਵਿੱਚ ਘੁੰਮੇ ਆ, ਤੇ ਦੇਖਦੇ ਆ ਇਹਨਾਂ ਕੀ। ਫਸਟ ਆਫ ਆਲ, ਤੁਸੀਂ ਪਹਿਲਾਂ ਕਿਹੜੀ ਕੰਟਰੀ ਦੇ ਵਿੱਚ? ਸਭ ਤੋਂ ਪਹਿਲਾਂ ਸਰ ਜੀ ਮੈਂ ਮਸਕਟ ਗਿਆ। ਅੱਛਾ ਜੀ। ਫਿਰ ਦੁਬਈ ਗਿਆ, ਮਨੀਲੇ ਗਿਆ, ਹੁਣ ਕੈਨੇਡਾ ਗਿਆ। ਉੱਥੇ ਮੇਰਾ ਇੱਕ ਦੋਸਤ ਜਨੈਲ ਸਿੰਘ ਬਸੋਤਾ, ਜਿਹੜਾ ਰੇਡੀਓ ਸਟੇਸ਼ਨ ਤੋਂ ਪ੍ਰੋਗਰਾਮ ਰਿਲੀਜ਼ ਕਰਦਾ, ਮੇਰੀ ਉਹਨਾਂ ਨਾਲ ਵੀ ਕਾਫੀ ਦੋਸਤੀ ਰਹੀ ਆ। ਅੱਛਾ, ਮਤਲਬ ਮਿਸ ਕਰਦੇ ਉਹਨਾਂ ਨੂੰ ਆਪਣੀ ਯਾਰ? ਮਿਸ ਕਰਦੇ ਆ। ਹੁਣ ਤਾਂ ਇਦਾਂ ਹੋਇਆ, ਦਿਲ ਉਦਾਸ ਰਹਿੰਦਾ ਹੈ, ਦਿਲ ਉਦਾਸ ਰਹਿੰਦਾ ਹੈ, ਜ਼ਿੰਦਗੀ ਦੀ ਬਾਟ ਮੁੱਕ ਚਲੀ। ਦਿਲ ਉਦਾਸ ਰਹਿੰਦਾ ਹੈ, ਜ਼ਿੰਦਗੀ ਦੀ ਬਾਟ ਮੁੱਕ ਚਲੀ, ਹਨੇਰਾ ਹੋਣ ਵਾਲਾ ਹੈ, ਜੋ ਬਾਤ ਪਾਉਂਦੀ ਸੀ ਬਾਤ ਮੁੱਕ ਚਲੀ। ਫਿਰ ਮੈਂ ਇਹ ਮੇਰੀਆਂ ਗਜ਼ਲਾਂ ਆ, ਕਿਉਂਕਿ ਹੁਣ ਮੇਰੀ ਜ਼ੁਬਾਨੀ ਯਾਦ ਨਹੀਂ ਆ। ਇੱਕ ਗਜ਼ਲ ਮੇਰੀ ਹੋਰ ਆ, ਮੈਂ ਜਿਉਣਾ ਨਹੀਂ ਚਾਹੁੰਦਾ, ਮੈਂ ਜਿਉਣਾ ਨਹੀਂ ਚਾਹੁੰਦਾ ਕਾਤੇ, ਕਿਉਂਕਿ ਜ਼ਿੰਦਗੀ ਬਰਬਾਦ ਹੋ ਗਈ, ਮੇਰੇ ਦੁੱਖਾਂ ਦੀ ਕਹਾਣੀ ਹੁਣ ਬੇਅਸਾਬ ਹੋ ਗਈ। ਕਦੀ ਕਿਸੇ ਨੇ ਮੇਰੇ ਤੇ ਬਹੁਤ ਜ਼ੁਲਮ ਢਾਏ, ਮੈਨੂੰ ਅਜੇ ਤੱਕ ਨਹੀਂ ਪਤਾ ਲੱਗਾ ਮੇਰੇ ਕੌਣ ਆਪਣੇ ਤੇ ਕੌਣ ਹੈ ਪਰਾਏ। ਇਹ ਮੇਰੀਆਂ ਗਜ਼ਲਾਂ ਮੈਂ ਜਦੋਂ ਜਨੈਲ ਸਿੰਘ ਬਸੋਤਾ ਨੂੰ ਮੈਂ ਸੁਣਾਉਂਦਾ ਸੀ, ਉਹ ਇਹੀ ਕਹਿੰਦੇ ਨਹੀਂ ਸੀ, ਜਾਂ ਤੂੰ ਕੱਚੀਆਂ ਹਵੇਲੀਆਂ ਸੁਣਾ, ਜਾਂ ਇੱਕ ਮੇਰੀ ਕੱਚੀਆਂ ਹਵੇਲੀਆਂ ਤੇ ਟਾਰਿਆਂ 'ਚ ਪੜ ਕੇ ਰਹੇ ਆ ਵਿਦੇਸ਼ੀ ਤੱਕ ਕਾ, ਜਾਂ ਇੱਕ ਮੇਰਾ ਸੁਪਨਾ ਬਹੁਤ ਵਧੀਆ ਆ ਜਿਹੜੇ ਹੈ ਜੀ। ਤੇ ਜਨੈਲ ਸਿੰਘ, ਮੈਂ ਜਦੋਂ ਬਸੋਤੇ ਨੂੰ ਕੋਈ ਗਜ਼ਲ ਜਾਂ ਗੀਤ ਸੁਣਾਉਣ ਲੱਗਣਾ, ਉਹਨੇ ਕਹਿਣਾ ਭਾਜੀ ਤੁਸੀਂ ਇਹ ਨਾ, ਤੁਸੀਂ ਉਹ ਕੱਚੀਆਂ ਹਵੇਲੀ ਵਾਲੀ ਗੱਲ ਸੁਣਾਵੋ। ਮੈਂ ਕਹਿਣਾ ਉਹ ਤਾਂ ਹੁਣ ਪੁਰਾਣੀ ਹੋ ਗਈ ਆ। ਲੱਗਦਾ ਜ਼ਿੰਦਗੀ ਦੇ ਵਿੱਚ ਬਹੁਤ ਸਟਰਗਲ ਕੀਤਾ ਹੈ ਨਾ ਤੁਸੀਂ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਤੇ ਕਿੱਦਾਂ ਫੇਸ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਸਟਰਗਲ, ਜਦੋਂ ਪਹਿਲੀ ਵਾਰ ਗਏ ਸੀ ਬਾਹਰ ਤਾਂ ਕੀ ਫੇਸ ਕਰਨਾ? ਫੇਸ ਕਰਨਾ ਜੀ, ਉੱਥੇ ਪਹਿਲਾਂ ਤਾਂ ਮਜ਼ਦੂਰੀ ਕਰਨੀ ਪੈਂਦੀ ਇਨਸਾਨ ਨੂੰ। ਹਾਂਜੀ, ਇੱਥੇ ਅਸੀਂ ਆਪਣੇ ਮਾਤਾ ਨੇ ਰੋਟੀਆਂ ਪਕਾ ਦੇਣੀਆਂ, ਅਸੀਂ ਪਰੋਠੇ ਖਾ ਕੇ ਚੱਲ ਜਾਣੇ, ਮੁੜ ਕੇ ਆ ਕੇ ਬਾਸ ਤੇ ਸਿੱਟਣੇ ਤਾਂ ਖੇਲਣ ਚੱਲ ਜਾਣਾ। ਬਚਪਨ ਯਾਦ ਆਉਂਦਾ ਆ, ਤੇ ਉਹ ਫਿਰ ਬਾਹਰ ਨਹੀਂ ਇਹ ਕੰਮ ਮਿਲਦੇ ਆ, ਉੱਥੇ ਤਾਂ ਆਪਣੇ ਪੈਰਾਂ ਤੇ ਆਪ ਖੜਨਾ ਪੈਣਾ ਆ। ਉਹੀ ਆ ਫਿਰ ਜਿਹੜੇ ਬੱਚੇ ਆਪਣੇ ਮਾਂ ਬਾਪ ਦੀ ਇੱਥੇ ਕਦਰ ਨਹੀਂ ਕਰਦੇ, ਉਹੀ ਆ ਜਿੱਦਾਂ ਟਾਈਮ ਟਾਈਮ ਤੇ ਸਭ ਦਾ ਪਤਾ ਲੱਗ ਜਾਂਦਾ ਕਿ ਕੌਣ ਆਪਣੇ ਨਾਲ ਹੈਗਾ ਕੌਣ ਨਹੀਂ। ਇੱਕ ਮੇਰੀ ਗਜ਼ਲ ਇਹ ਆ, ਚਿਰਾਗ ਸਾਹਾਂ ਮੇਰਿਆਂ ਦਾ, ਚਿਰਾਗ ਸਾਹਾਂ ਮੇਰਿਆਂ ਦਾ ਹਰ ਰੋਜ਼ ਬੁੱਝਦਾ ਜਾ ਰਿਹਾ, ਚਿਰਾਗ ਸਾਹਾਂ ਮੇਰਿਆਂ ਦਾ ਹਰ ਰੋਜ਼ ਬੁੱਝਦਾ ਜਾ ਰਿਹਾ, ਜ਼ਿੰਦਗੀ ਹੈ ਮੌਤ ਬਣ ਰਹੀ, ਮੈਨੂੰ ਇਹ ਸੁੱਝਦਾ ਜਾ ਰਿਹਾ। ਤੁਹਾਡੇ ਕਹਿਣ ਦਾ ਮਤਲਬ ਇਹੀ ਆ ਕਿ ਹਰ ਰੋਜ਼ ਆਪਣੀ ਜ਼ਿੰਦਗੀ ਜਿੱਦਾਂ ਜਿੱਦਾਂ ਆਪਾਂ ਅੱਗੇ ਜਾਈ ਜਾ ਰਹੇ ਆਪਣੀ ਜ਼ਿੰਦਗੀ ਘਟੀ ਜਾਂਦੀ ਆ। ਸੋ ਆਪਣੀ ਲਾਈਫ ਦੇ ਵਿੱਚ ਜੋ ਕਰਨਾ ਤੁਸੀਂ ਕਰੋ, ਕਿਉਂਕਿ ਆਪਣੇ ਕੋਲ ਵਕਤ ਹੈ ਨਹੀਂ ਗਾ, ਤੇ ਲੋਕ ਜਿਹੜੇ ਆ ਉਹ ਲੋਕਾਂ ਦਾ ਡਰਨਾ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਕਰ ਨਹੀਂ ਪਾ ਰਹੇ। ਸੋ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਦੇਖੋ ਸਰ, ਹੁਣ ਆਪਾਂ ਆਪਣਾ ਜਨਮ ਦਿਨ ਮਨਾਉਂਦੇ ਆ, ਜਦੋਂ ਸਾਡਾ ਕੁਛ ਲੋਸ ਹੋ ਜਾਂਦਾ ਆ ਅਸੀਂ ਉਦੋਂ ਖੁਸ਼ੀ ਮਨਾਉਂਦੇ ਆ ਤਾਂ ਗਮੀ ਮਨਾਉਂਦੇ ਆ। ਅਸੀਂ ਹਰ ਸਾਲ ਆਪਣੀ ਜ਼ਿੰਦਗੀ ਦਾ ਇੱਕ ਸਾਲ ਲੋਸ ਕਰ ਰਹੇ ਆ, ਅਸੀਂ ਕਿੱਦਾਂ ਭੰਗੜੇ ਪਾਉਂਦੇ ਆ,
ਖੁਸ਼ੀਆਂ ਕਰਦੇ ਮੈਂ ਆਪਣਾ ਜਨਮ ਦਿਨ ਮੈਂ ਸੱਚੀ ਆਪ ਨਹੀਂ ਮਨਾਉਣਾ ਮੈਨੂੰ ਆਪਣੇ ਜਨਮ ਦਿਨ ਵਾਲੇ ਦਿਨ ਖੁਸ਼ੀ ਨਹੀਂ ਕਿਉਂਕਿ ਉਹ ਹਰੇਕ ਦਿਨ ਆਪਣਾ ਘੱਟ ਰਿਹਾ ਤੇ ਨਾਲੇ ਉਦਣ ਕੀ ਹੋ ਜਾਣਾ ਵਾ ਕੁਛ ਵੀ ਨਹੀਂ ਹੋਣਾ ਸੇਮ ਡੇ ਹੁੰਦਾ ਫਿਰ ਜਿਹੜੀ ਸਾਡੀ ਜਿਹੜੀ ਸਾਡੀ ਸਭਿਅਤਾ ਆ ਉਹਦੇ ਮੁਤਾਬਕ ਕਿਸੇ ਨੂੰ ਅਸੀਂ ਵੱਧ ਦਵਾ ਦਿੰਦੇ ਹਾਂ ਤੇਰਾ ਸਾਡਾ ਦੀਵਾ ਗੁੱਲ ਹੋ ਜਾਵੇ ਅਸੀਂ ਮੋਮਬੱਤੀ ਜਗਾ ਕੇ ਆਪੇ ਬੁਝਾਉਣ ਲੱਗ ਪੈਂਦੇ ਹਾਂ ਉਹੀ ਆ ਕਿ ਕਿਸੇ ਨੇ ਜੇ ਖੱਡਾ ਆਪਾਂ ਖੋਦਾ ਆਪੇ ਡਿੱਗਣਾ ਬੰਦੇ ਨੇ ਹਾਂਜੀ ਇਹੀ ਗੱਲ ਆ ਕਿ ਕਿਸੇ ਨੂੰ ਮਾੜਾ ਨਾ ਕਹੋ ਜੇ ਕੋਈ ਕਰ ਰਿਹਾ ਤਾਂ ਕੋਈ ਚੱਕਰ ਨਹੀਂ ਰੱਬ ਦਾ ਦੇਖ ਰਿਹਾ ਹਾਂਜੀ ਇੱਕ ਮੇਰੀ ਨਵੀਂ ਗਜ਼ਲ ਆ ਹਾਂਜੀ ਮੇਰੀ ਮਈਅਤ ਪਰ ਲੋਗੋਂ ਨੇ ਲਗਾ ਦਿਆ ਮੇਲਾ ਮਈਅਤ ਤੇ ਜਦੋਂ ਮੈਂ ਮਰ ਗਿਆ ਮੇਰੀ ਮਈਅਤ ਪਰ ਲੋਗੋਂ ਨੇ ਲਗਾ ਦਿਆ ਮੇਲਾ ਕੋਈ ਕਹਿਤਾ ਹੈ ਕਿ ਇਸਕੋ ਆਗ ਮੇ ਜਲਾ ਦੋ ਕੋਈ ਕਹਿਤਾ ਹੈ ਕਿ ਇਸਕੋ ਮਿੱਟੀ ਮੇ ਦਬਾ ਦੋ ਕੋਈ ਕਹਿਤਾ ਹੈ ਇਸਕੋ ਪਾਣੀ ਮੇ ਵਹਾ ਦੋ ਮਗਰ ਸਭ ਕਾ ਜਹੀ ਇਰਾਦਾ ਹੈ ਇਸਕੋ ਦੁਨੀਆ ਸੇ ਮਿਟਾ ਦੋ ਉਹੀ ਤੁਹਾਡੇ ਕਹਿਣ ਦਾ ਮਤਲਬ ਇਹੀ ਆ ਕਿ ਜਦੋਂ ਬੰਦਾ ਜੀਂਦਾ ਹੁੰਦਾ ਉਹਦੀ ਬੰਦਾ ਕਦਰ ਨਹੀਂ ਕਰਦਾ ਉਹਨੂੰ ਬੋਲਦਾ ਕਿ ਤੂੰ ਐਦਾਂ ਐਦਾਂ ਪਰ ਜਿੱਦਣ ਬੰਦਾ ਮਰ ਗਿਆ ਨਾਲੇ ਉਹਦਾ ਨਾਂ ਸਭ ਕੁਝ ਖਤਮ ਹੋ ਜਾਂਦਾ ਸਿਰਫ ਡੈਡ ਬੋਡੀ ਕਹਿੰਦੇ ਨਾਂ ਵੀ ਨਹੀਂ ਕਹਿੰਦੇ ਬੰਦੇ ਦਾ ਤੇ ਉਹਨੂੰ ਚੰਗਾ ਕਹਿਣ ਲੱਗ ਪੈਂਦੇ ਕਿ ਇਹ ਬੰਦਾ ਬਹੁਤ ਵਧੀਆ ਸੀ ਪਰ ਜੀਂਦੇ ਜੀਂਦੇ ਉਹਦੀ ਕੋਈ ਕਦਰ ਨਹੀਂ ਹੈਗੀ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿੱਦਾਂ ਸਾਡਾ ਵਰਤ ਕਰਦਾ ਵਾ ਡੇਟ ਆਫ ਬਰਥ ਮੇਰਾ ਜੀ 5 ਅਕਤੂਬਰ 1942 ਤੇ ਫਿਰ ਤੁਸੀਂ ਬਹੁਤ ਕੁਛ ਆਪਣੀ ਜ਼ਿੰਦਗੀ ਵੇਖੇ ਪਹਿਲਾਂ ਜਿੱਦਾਂ ਹੁਣ ਤੁਸੀਂ ਅੱਜ ਜੀ ਰਹੇ ਇੱਥੇ ਤੇ ਪਹਿਲਾਂ ਕੀ ਗੱਲਬਾਤ ਹੁੰਦੀ ਪਹਿਲਾਂ ਭਾਈਚਾਰਾ ਸੀਗਾ ਤੇ ਅੱਜ ਕੱਲ ਹੈ ਨੀਗਾ ਤੇ ਇਹਦਾ ਮੇਨ ਮਕਸਦ ਕੀ ਆ ਪਹਿਲਾਂ ਭਾਈਚਾਰਾ ਸੀਗਾ ਬਹੁਤ ਜ਼ਿਆਦਾ ਪਿਆਰ ਦਾ ਸੀ ਹਾਂਜੀ ਹੁਣ ਤਾਂ ਮਫਾ ਦੁਨੀਆ ਦੀ ਹਰ ਸ਼ੈ ਬਦਲ ਗਈ ਮੈਂ ਤਾਂ ਪਿਆਰ ਦੀ ਇੱਜ਼ਤ ਕਰਨੀ ਦੱਸਦਾ ਹਾਂ ਅੱਜ ਹੈਗਾ ਮਫਾਦ ਦਾ ਜਿਹਦੀ ਕਿਸੇ ਦੀ ਭੈਣ ਸੋਹਣੀ ਆ ਕਿਸੇ ਦੀ ਮਾਂ ਸੋਹਣੀ ਆ ਕਿਸੇ ਦਾ ਕੋਈ ਕਿਸੇ ਲੜਕੀ ਸੋਹਣੀ ਉੱਥੇ ਪਿਆਰ ਆ ਦੁਨੀਆ ਦੀ ਹਰ ਸ਼ੈ ਬਦਲ ਗਈ ਦੁਨੀਆ ਦੀ ਹਰ ਸ਼ੈ ਬਦਲ ਗਈ ਬਦਲੇ ਢੰਗ ਪਿਆਰਾਂ ਦੇ ਮੌਸਮਾਂ ਦੀ ਤਹਿਸੀਲ ਬਦਲ ਗਈ ਬਦਲੇ ਰੰਗ ਬਹਾਰਾਂ ਦੇ ਬਸ ਉਹੀ ਕਹਿਣਾ ਕਿ ਜਿਹੜਾ ਬੰਦਾ ਸੋਹਣਾ ਵਾ ਉਹਲੇ ਬੰਦੇ ਲਈ ਪਿਆਰ ਤੇ ਜਿਹੜਾ ਅੱਜ ਕੱਲ ਜਨਤਾ ਸ਼ਕਲ ਦੇਖਦੀ ਬੰਦੇ ਦਾ ਦਿਲ ਨਹੀਂ ਦੇਖਦੀ ਕਿ ਬੰਦੇ ਦਾ ਦਿਲ ਕਿੱਦਾਂ ਦਾ ਕਿਉਂਕਿ ਇਹ ਗੱਲ ਤਾਂ ਸੱਚ ਆ ਕਿ ਉਮਰ ਦੇ ਹਿਸਾਬ ਦੇ ਨਾਲ ਬੰਦੇ ਦਾ ਜਿਹੜਾ ਰੰਗ ਰੂਪ ਆ ਸਰੂਰ ਸਭ ਕੁਛ ਢਲ ਜਾਂਦਾ ਬੁਢਾਪੇ ਵੱਲ ਬੰਦਾ ਰੋਜ਼ ਜਾਂਦਾ ਪਿਆ ਪਰ ਜੇ ਕੋਈ ਬੰਦਾ ਆਪਣਾ ਜੀਵਨ ਸਾਥੀ ਜਾਂ ਕੁਛ ਵੀ ਲੈ ਲਓ ਜੇ ਕਿਸੇ ਨਾਲ ਆਪਣਾ ਪਿਆਰ ਆ ਦਿਲੋਂ ਤਾਂ ਉਹ ਬੰਦਾ ਆਪਣੇ ਨਾਲ ਰਹੂਗਾ ਹਨਾ ਇਹ ਕੀ ਆ ਸ਼ਕਲਾਂ ਦਾ ਕੀ ਇਹ ਤਾਂ ਹਰ ਰੋਜ਼ ਆਪਣੀ ਚੇਂਜ ਹੁੰਦੀ ਰਹਿੰਦੀ ਆ ਸਾਡਾ ਹੁਣ ਤਾਂ ਜੀ ਹਾਲ ਹੋਇਆ ਦਿਲ ਦੀ ਧੜਕਣ ਵਧੀ ਜਾਂਦੀ ਦਿਲ ਦੀ ਧੜਕਣ ਵਧੀ ਜਾਂਦੀ ਸਾਹਾਂ ਚੋ ਸਾਹ ਰੁਕਦਾ ਜਾਵੇ ਇੰਜ ਜਾਪੇ ਸਾਡੀ ਜ਼ਿੰਦਗੀ ਦਾ ਹੁਣ ਦਾਣਾ ਪਾਣੀ ਮੁੱਕਦਾ ਜਾਵੇ ਫਿਰ ਹੋਰ ਵੀ ਗੱਲ ਹੋਰ ਇਹਦਾ ਆ ਸੁਣੀ ਚੱਲੋ ਮਿੱਤਰੋ ਜਦੋਂ ਸੁੱਕ ਜਾਵੇ ਫੁੱਲ ਜਦੋਂ ਸੁੱਕ ਜਾਵੇ ਫੁੱਲ ਉਹਨੂੰ ਫੁੱਲ ਨਹੀਂ ਕੋ ਕਹਿੰਦਾ ਜਦੋਂ ਆਉਂਦਾ ਹੈ ਬਠੇਪਾ ਬੰਦੇ ਬੰਦਾ ਕੋਡੀ ਦਾ ਨਹੀਂ ਰਹਿੰਦਾ ਸਾਡੇ ਕਹਿਣ ਦਾ ਇਹੀ ਮਤਲਬ ਹੈ ਕਿ ਜਵਾਨੀ ਵੇਲੇ ਤਾਂ ਬੰਦਾ ਬਹੁਤ ਕੁਛ ਕਰਦਾ ਮੈਂ ਆਹ ਕਰ ਦੂ ਉਹ ਕਰ ਦੂ ਪਰ ਜਦੋਂ ਬੁਢਾਪੇ ਦੇ ਵਿੱਚ ਬੰਦਾ ਜਾਂਦਾ ਜਿੱਦਾਂ ਜਿੱਦਾਂ ਬੰਦਾ ਢਲਦਾ ਰਹਿੰਦਾ ਉਦੋਂ ਉਦੋਂ ਉਹਦੀ ਜਾਨ ਮੁੱਕਦੀ ਹੈ ਜਿੱਦਾਂ ਉਹਨੂੰ ਕੋਈ ਝਲਦਾ ਨਹੀਂ ਹੈਗਾ ਜਿੱਦਾਂ ਹੁਣ ਮੁਕੇਸ਼ ਬਾਬੂ ਆ ਇਹਦਾ ਦੇ 4 ਮੁੰਡੇ 5 ਮੁੰਡੇ ਗੱਲਾਂ ਕਰਦੇ ਆ ਮੈਂ ਜਾ ਕੇ ਕੋਈ ਦਖਲ ਅਰਜੀ ਕਰਦਾ ਤੇ ਇਹ ਉਹ ਮੁੰਡੇ ਕੀ ਕਹਿੰਦੇ ਆ ਭਾਈਆ ਕਿਸੇ ਬੰਦੇ ਨੂੰ ਗੱਲ ਕਰਦੇ ਤੈ ਵਿੱਚ ਜਾ ਕੇ ਲੱਤ ਘਸੋੜ ਦਿੱਤੀ ਆ ਉਹ ਭਾਈਆ ਨੀ ਬੰਦਾ ਰਹਿ ਕੇ ਕਿਉਂਕਿ ਸਾਡੀਆਂ ਸ਼ਕਲਾਂ ਖਰਾਬ ਹੋ ਚੁੱਕੀਆਂ ਆ ਤੇ ਉਹੀ ਗੱਲ ਆ ਕਿ ਜਿਹੜੀ ਅੱਜ ਕੱਲ ਦੀ ਯੰਗ ਜਨਰੇਸ਼ਨ ਆ ਉਹ ਸਿਆਣੇ ਦੀ ਗੱਲਾਂ ਸੁਣਦੀ ਨੇ ਕਿ ਇਹ ਕਹਿੰਦੇ ਕਿ ਬਸ ਇਹ ਉੱਦੇ ਬੋਲ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਿਆਣੇ ਕੋਲ ਐਕਸਪੀਰੀਅੰਸ ਕਿੰਨਾ ਉਹਨਾਂ ਦੇ ਵਾਲ ਐਵੇਂ ਨਹੀਂ ਚਿੱਟੇ ਹੋਏ ਸਿਆਣੇ ਦੇ ਕਹਿਣ ਹੋਊਗਾ ਕਿ ਉਹਨਾਂ ਨੂੰ ਐਕਸਪੀਰੀਅੰਸ ਦਾ ਆਪਣਾ ਪਤਾ ਹੁੰਦਾ ਉਹ ਕਹਿੰਦੇ ਨੇ ਹੁੰਦੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਚ ਪਤਾ ਲੱਗਦਾ ਹੁੰਦਾ ਬੰਦੇ ਨੂੰ ਮੈਂ ਇੱਕ ਵਾਰੀ ਕੁੱਬਾ ਜਿਹਾ ਆ ਕੇ ਤੁਰਿਆ ਜਾਂਦਾ ਮੈਨੂੰ ਇੱਕ ਬੰਦਾ ਕਹਿੰਦਾ ਭਾਈਆ ਕੀ ਟੋਲਦਾ ਫਿਰਦਾ ਅੱਛਾ ਜੀ ਮੈਂ ਕਿਹਾ ਮੇਰੀ ਭਰਾਵਾ ਜਵਾਨੀ ਗੁਆਚ ਗਈ ਮੈਂ ਇਹਨੂੰ ਲੱਭਦਾ ਫਿਰਦਾ ਆ ਅੱਛਾ ਮੈਂ ਕਿਹਾ ਮੇਰੀ ਜਵਾਨੀ ਗੁਆਚ ਗਈ ਮੈਂ ਇਹਨੂੰ ਲੱਭਦਾ ਫਿਰਦਾ ਆ ਮੈਂ ਮੇਰੀ ਨਵੀਂ ਗਜ਼ਲ ਆ ਤਾਹਾ ਪਿੰਜਰ ਹਰ ਜਦੋਂ ਮੈਂ ਮਰ ਜਾਂਦਾ ਨਾ ਤਾਹਾ ਪਿੰਜਰ ਹਰ ਪਾਸੇ ਮਚਿਆ ਮੈਂ ਮਰਿਆ ਕਹਿੰਦਾ ਇਹ ਕੀ ਭਾਵੀ ਵਰਤੀ ਤਾਹਾ ਪਿੰਜਰੇ ਕਵੀ ਦਾ ਆਪਣਾ ਖਿਆਲ ਆ ਮਰਿਆ ਬੰਦਾ ਬੋਲ ਨਹੀਂ ਸਕਦਾ ਮੈਂ ਕਹਿੰਦਾ ਤਾਹਾ ਪਿੰਜਰ ਹਰ ਪਾਸੇ ਮਚਿਆ ਇਹ ਕੀ ਭਾਵੀ ਵਰਤੀ ਫਿਰ ਮੈਂ ਕਹਿੰਦਾ ਉਡੀਕ ਲਵੋ ਮੇਰੇ ਮਹਿਰਮ ਤਾਹੀ ਅਜੇ ਚੱਕਿਓ ਨਾ ਮੇਰੀ ਆਰਥੀ ਫਿਰ ਮੈਂ ਵੇਖੀ ਕਹਿੰਦਾ ਮੈਂ ਆਪਣੇ ਮਹਿਬੂਬੋ ਨੂੰ ਕੀ ਕਹਿੰਦਾ ਨੀ ਆ ਕੇ ਮੇਰੀ ਆਰਥੀ ਤੇ ਨੀ ਆ ਕੇ ਮੇਰੀ ਆਰਥੀ ਤੇ ਹੰਝੂ ਕਿਤੇ ਬਹਾਵੀ ਨਾ ਮੈਂ ਪਹਿਲਾਂ ਹੀ ਦੁਖ ਯਾਰਾ ਹਾਂ ਮੈਨੂੰ ਰੋਕ ਕੇ ਹੋਰ ਸਤਾਵੀ ਨਾ
ਮਤਲਬ ਦੇਖ ਰਹੇ ਤੁਹਾਡੇ ਸਾਹਮਣੇ ਕਿੰਨੀਆਂ ਡੀਪ ਗੱਲਾਂ ਕਰਦੇ ਕਿ ਅੱਜ ਕੱਲ ਆਪਾਂ ਨੂੰ ਵੀ ਨੀ ਹਜੇ ਪਤਾ ਆਪਣੀ ਦੁਨੀਆ ਪਤਾ ਨੀ ਕਿੱਥੇ ਭੱਜੀ ਜਾਂਦੀ। ਥੋੜਾ ਟਾਈਮ ਆਪਣੇ ਸਿਆਣੇ ਦੇ ਨਾਲ ਰਿਹਾ ਕਰੋ ਕਿਉਂਕਿ ਤੁਹਾਨੂੰ ਜ਼ਿੰਦਗੀ ਜਿਉਣ ਦਾ ਪਤਾ ਲੱਗੇ ਕਿ ਉਹਨਾਂ ਦੇ ਕਿੰਨੀਆਂ, ਕਿਉਂਕਿ ਸਿਆਣੇ ਬੰਦੇ ਨੇ ਹਰੇਕ ਆਪਣੀ ਠੋਕਰ ਖਾਧੀ ਹੁੰਦੀ ਆ। ਜਿੱਦਾਂ ਜਿੱਦਾਂ ਬੰਦਾ ਸਿਆਣਾ ਹੁੰਦਾ ਰਹਿੰਦਾ ਉਦੋਂ ਤੋਂ ਉਦੋਂ ਐਕਸਪੀਰੀਅੰਸ ਵੱਧਦਾ ਰਹਿੰਦਾ। ਜਿੱਦਾਂ ਕਿ ਹੁਣ ਤੁਸੀਂ ਦੇਖ ਲਓ ਕਿੰਨੀਆਂ ਵਧੀਆ ਗੱਲਾਂ ਕਰਦੇ ਆ, ਤੇ ਤੁਸੀਂ ਜਿੱਦਾਂ ਹੁਣ ਬਾਹਰ ਗਏ ਸੀ, ਤੁਸੀਂ ਬਾਹਰ ਕੀ ਫੇਸ ਕੀਤਾ ਕੈਨੇਡਾ ਜਦੋਂ ਤੁਸੀਂ ਗਏ? ਦੇਖੋ ਜੀ, ਜਿੱਥੇ ਵੀ ਜਾਓਗੇ ਹਾਂਜੀ ਤੁਹਾਨੂੰ ਉੱਥੇ ਗਰਾਊਂਡ ਤਾਂ ਬਣਾਉਣੀ ਪੈਣੀ, ਆਪਣਾ ਬੇਸ ਬਣਾਉਣਾ ਪੈਣਾ। ਮੈਂ 75 ਸਾਲ ਦੀ ਉਮਰ ਦੇ ਵਿੱਚ ਉੱਥੇ ਸਕਿਉਰਟੀ ਗਾਰਡ ਦਾ ਕੋਰਸ ਕੀਤਾ, ਨਹੀਂ 75 ਸਾਲ ਹਾਂਜੀ 75 ਸਾਲ ਦੀ ਉਮਰ ਦੇ ਵਿੱਚ ਮੈਨੂੰ ਮਤਲਬ ਮੇਰੀ ਇੰਟਰਵਿਊ ਮੈਂ ਪਾਸ ਵੀ ਹੋ ਗਿਆ ਸੀ। ਉਹ ਬਦਕਿਸਮਤੀ ਆ ਕਿ ਮੇਰਾ ਗਲਾ ਖਰਾਬ ਹੋ ਗਿਆ, ਮੇਰੀ ਸਰਜਰੀ ਹੋਈ ਆ, ਮੈਨੂੰ ਵਾਪਸ ਇੰਡੀਆ ਪਾਉਣਾ। ਮੇਰੇ 20 ਰਹਿਲਾ ਦਾ ਮੇਰਾ ਐਗਰੀਮੈਂਟ ਵੀ ਹੋ ਗਿਆ ਸੀ, 20 ਘੰਟੇ ਥੋੜੇ ਨਹੀਂ ਹੁੰਦੇ ਆ। ਮਤਲਬ ਸਾਡੇ ਤੋਂ ਇਹ ਸਿੱਖਣ ਨੂੰ ਮਿਲਦਾ ਕਿ ਬੰਦੇ ਦੀ ਏਜ ਮੈਟਰ ਨਹੀਂ ਕਰਦੀ, ਜੇ ਬੰਦੇ ਦੇ ਹੌਸਲੇ ਬੁਲੰਦ ਤਾਂ ਬੰਦਾ ਕੁਛ ਵੀ ਕਰ ਸਕਦਾ। ਜਿਹੜੇ ਬੰਦੇ ਆਪਣੀ ਹਿੰਮਤ ਹਾਰ ਜਾਂਦੇ ਕਿ ਸਾਡੀ ਉਮਰ ਤਾਂ ਹੁਣ 40 ਪਲੱਸ ਹੋ ਗਈ, 50 ਪਲੱਸ ਹੋ ਗਈ, ਤੁਹਾਡੇ ਸਾਹਮਣੇ ਐਗਜ਼ਾਮਪਲ ਬੈਠੀ 75 ਈਅਰਸ ਆਫ ਮਿਸਟਰ ਕੇਰ ਸਿੰਘ, ਦੇਖ ਲਓ ਹਜੇ ਵੀ ਜਨੂਨ ਕਾਫੀ ਆ, ਪਰ ਹੁਣ ਸਿਹਤ ਨਹੀਂ ਆ। ਇਸ ਬਸ ਇਹੀ ਆ ਕਿ ਆਪਣਾ ਸਰੀਰ ਬੰਦਾ ਰੱਖੇ ਸਹੀ ਹੈ ਨਾ। ਕਦੀ ਸੋਚਿਆ ਹੀ ਨਹੀਂ ਸਾਡੀ ਜ਼ਿੰਦਗੀ ਸਰ ਸਾਡੀ ਲਾਈਫ ਮਤਲਬ ਸਾਡੀ ਕਿੰਨੀ ਉਮਰ ਹੋ ਗਈ ਆ, ਸੋਚਿਆ ਹੀ ਨਹੀਂ ਕਦੀ ਵੀ, ਤੇ ਸੋਚਾਂਗੇ ਸਮ ਲੱਗਾ। ਸੋ ਇਹੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਜਨਤਾ ਅੱਜ ਕੱਲ ਨਸ਼ੇ ਦੇ ਵਿੱਚ ਪਈ ਹੈ ਤਾਂ ਆਪਣਾ ਸਰੀਰ ਆ, ਜੇ ਤੁਹਾਡਾ ਸਰੀਰ ਆ ਤਾਂ ਸਭ ਕੁਝ ਹੈ, ਪੈਸਾ ਵੀ ਸਭ ਕੁਝ ਹੈ, ਜੇ ਤੁਹਾਡਾ ਸਰੀਰ ਹੈ ਨਹੀਂ ਤਾਂ ਕੁਛ ਵੀ ਨਹੀਂ ਹੈਗਾ। ਕਿਉਂਕਿ ਜੇ ਤੁਸੀਂ ਬਾਹਰ ਵੀ ਕਿਤੇ ਵੀ ਜਾਣਾ ਤਾਂ ਫਸਟ ਪ੍ਰਾਇਓਰਟੀ ਆਪਣਾ ਸਰੀਰ ਆ, ਜੇ ਸਰੀਰ ਵਧੀਆ ਹੋਵੇ ਤਾਂ ਕੰਮ ਕਰ ਸਕਦੇ, ਨਹੀਂ ਤਾਂ ਕੁਛ ਕਰ ਨਹੀਂ ਸਕਦੇ ਆਪਾਂ। ਮੈਂ ਸ਼ਰਾਬ ਪੀਂਦਾ ਆ ਪਰ ਕਿਸੇ ਦਾ ਖੂਨ ਨਹੀਂ ਪੀਂਦਾ। ਮੈਂ ਸ਼ਰਾਬ ਪੀਂਦਾ ਆ ਪਰ ਕਿਸੇ ਦਾ ਖੂਨ ਨਹੀਂ ਪੀਂਦਾ। ਹੁਣ ਤਾਂ ਜਿਹੜੇ ਪੀਣ ਵਾਲੇ ਜੇਬ ਚ ਗਲਾਸੀਆਂ ਲੈ ਫਿਰਦੇ, ਉਹ ਦੇਖਦੇ ਕਿਸੇ ਦੇ ਬਹੁਤ ਮੋਰੇ ਗਲਾਸੀ ਖਾਧੀ ਲੈ, ਜਦ ਤੱਕ ਬੋਤਲ ਪੂਰੀ ਮੁੱਕਦੀ ਨਹੀਂ ਤਦ ਤੱਕ ਉੱਡਦੇ ਨਹੀਂ, ਜਦ ਤੱਕ ਟੱਲੀ ਹੋ ਗਈ। ਮੈਂ ਪੀਣ ਤੋਂ ਤੌਬਾ ਕਰ ਦਿੱਤੀ ਪਰ ਇਹ ਸਾਥਣ ਮੇਰੀ ਚਿਰਦੀ ਆ। ਮੈਂ ਪੀਣ ਤੋਂ ਤੌਬਾ ਕਰ ਦਿੱਤੀ ਪਰ ਸਾਥਣ ਮੇਰੀ ਚਿਰਦੀ ਆ, ਕਦੇ ਮੈਨੂੰ ਲੱਭਦਾ ਫਿਰਦਾ ਸੀ ਹੁਣ ਮੈਨੂੰ ਲੱਭਦੀ ਫਿਰਦੀ। ਮੈਂ ਸੁਣਿਆ ਕਿ ਜਿੱਦਾਂ ਯੰਗ ਜਨਰੇਸ਼ਨ ਕਿਸੇ ਨੂੰ ਵੀ ਪੁੱਛਦੇ ਆ ਤਾਂ ਕਿ ਤੁਸੀਂ ਦਾਰੂ ਕਾਹਤੇ ਪੀਂਦੇ ਆ, ਕਈ ਬੰਦੇ ਕਹਿੰਦੇ ਕਿ ਸਾਨੂੰ ਦੁੱਖ ਬਹੁਤ ਆ, ਸਟ੍ਰੈਸ ਬਹੁਤ ਆ, ਅਸੀਂ ਤਾਂ ਪੀਂਦੇ ਆ, ਇਹ ਜ਼ਰੂਰੀ ਆ? ਨਹੀਂ ਨਹੀਂ ਨਹੀਂ, ਇਹ ਤਾਂ ਸਿਰਫ ਇੱਕ ਬਹਾਨਾ ਆ ਬੰਦਿਆਂ ਦਾ, ਜ਼ਰੂਰੀ ਥੋੜੀ ਹੈ ਇੱਦਾਂ ਇਹ। ਮੈਂ ਰਹਿੰਦ ਨਹੀਂ, ਮੈਂ ਰਹਿੰਦ ਮਤਲਬ ਜਿਹੜਾ ਸ਼ਰਾਬੀ ਹੁੰਦਾ, ਹਾਂਜੀ ਮੈਂ ਰਹਿੰਦ ਨਹੀਂ ਜੋ ਇਸ ਲਈ ਪੀਤਾ ਹੂੰ ਸ਼ਰਾਬ, ਤੇਰੀ ਤਸਵੀਰ ਨਜ਼ਰ ਆਤੀ ਆ ਪੈਮਾਨੇ ਮੈਂ ਮੈਂ ਤਾਂ ਪੀਨਾ। ਮੈਂ ਤੋ ਜਿਉ ਵੀ ਮੈਂ ਤੋ ਜਿਉ ਖਾਕ ਮੇ ਉਂਗਲੀਆਂ ਫੇਰ ਰਹਾ ਥਾ, ਜਬ ਦੇਖਾ ਤੇਰੀ ਤਸਵੀਰ ਬਣ ਗਈ। ਅੱਛਾ ਜੀ, ਜਬ ਦੇਖਾ ਤੇਰੀ ਤਸਵੀਰ ਬਣ ਗਈ। ਮੈਂ ਉਹ ਮੇਰੀ ਜਿਹੜੀ ਗਜ਼ਲ ਆ, ਮੇਰੀ ਫੇਮਸ ਗਜ਼ਲ ਆ, ਇੱਕ ਮੇਰੀ ਗਜ਼ਲ ਆ ਸੁਪਨਾ, ਹਾਂਜੀ ਉਹ ਕਿਤੇ ਫੇਰ ਇੰਟਰਵਿਊ ਤੇ ਤੁਹਾਨੂੰ ਸੁਣਾਵਾਂਗੇ। ਇਹ ਮੇਰੀ ਗਜ਼ਲ ਇਦਾਂ ਆ ਜਿਹੜੀ ਮੈਂ ਤੁਹਾਨੂੰ ਸੁਣਾ ਕੇ, ਤਾਹਾ ਪਿੰਜਰ ਹਰ ਪਾਸੇ ਮੱਚਿਆ ਇਹ ਕੀ ਭਾਵੀ ਵਰਤੀ, ਉਡੀਕ ਲਵੋ ਮੇਰੇ ਮਹਿਰਮ ਤੇ ਚੱਕਿਓ ਨਾ ਮੇਰੀ ਆਰਤੀ। ਫਿਰ ਮੈਂ ਕਹਿੰਦਾ ਆ ਕੇ ਮੇਰੀ ਆਰਤੀ ਤੇ ਹੰਝੂਕ ਦੇ ਬਹਾਮੀ ਨਾ, ਮੈਂ ਪਹਿਲਾਂ ਹੀ ਦੁਖਿਆ ਰਹਾ ਹਾਂ, ਮੈਨੂੰ ਰੋਕ ਕੇ ਹੋਰ ਸੁਪਾਮੀ ਨਾ, ਦੇਖ ਕੇ ਮੇਰੀ ਆਰਤੀ ਨੂੰ ਤੂੰ ਕੁੱਟ ਸਬਰ ਦਾ ਭਰ ਲੈਣਾ, ਹੁਣ ਸੁੱਚੇ ਮੋਤੀ ਨਹੀਂ ਲੱਭਣੇ, ਗੁਜ਼ਾਰਾ ਹੰਝੂਆਂ ਦੇ ਨਾਲ ਕਰ ਲੈਣਾ, ਹੰਝੂ ਵੀ ਮਿਲਣੇ ਬਹੁਤ ਔਖੇ, ਰੋ ਕੇ ਕਿਤੇ ਗੁਆਮੀ ਨਾ, ਮੈਂ ਪਹਿਲਾਂ ਹੀ ਦੁਖਿਆ ਰਹਾ ਹਾਂ, ਮੈਨੂੰ ਰੋਕੇ ਹੋਰ ਸੁਪਾਵੇਂ। ਦੂਸਰਾ ਬੰਦਿਆ ਜੀ, ਜੋ ਸਦਰਾਂ ਤੇਰੀਆਂ ਬਾਕੀ ਸੀ ਉਹ ਅੱਜ ਤੋਂ ਸਾਰੀਆਂ ਮੁੱਕ ਗਈਆਂ, ਆਪਣੇ ਮਹਿਬੂਬ ਨਾਲ ਮਰਿਆ ਗੱਲਾਂ ਕਰਦਾ। ਜੋ ਸਦਰਾਂ ਤੇਰੀਆਂ ਬਾਕੀ ਸੀ ਉਹ ਅੱਜ ਤੋਂ ਸਾਰੀਆਂ ਮੁੱਕ ਗਈਆਂ, ਅੱਜ ਸੋਹਣੀਆਂ ਨਰਮ ਕਲਾਈਆਂ ਵੀ ਪੱਤ ਚੜਦੇ ਬੰਗ ਸੁੱਕ ਗਈਆਂ, ਨੀ ਮੈਂ ਰੋਕਾਂ ਤੈਨੂੰ ਪਾ ਤਰਲੇ ਕਿਤੇ ਰੋਗ ਬਲਾ ਲਾਵੀ ਨਾ, ਮੈਂ ਪਹਿਲਾਂ ਹੀ ਦੁਖਿਆ ਰਹਾ ਹਾਂ, ਮੈਨੂੰ ਰੋਕ ਕੇ ਹੋਰ ਸੁਣਾਵੇਂ ਨਾ। ਫਿਰ ਕਹਿੰਦਾ ਮੇਰਾ ਮੂੰਹ ਦੇਖਣ ਨੂੰ ਚੰਨੀਏ ਨੀ ਨਾਲ ਚਾਵਾਂ ਦੇ ਆਮੀ ਤੂੰ, ਮੈਨੂੰ ਰੁਖਸਤ ਕਰਨ ਦੇ ਲਈ, ਮੈਨੂੰ ਵਿਦਾ ਕਰਨ ਵਾਸਤੇ ਗੁੰਦ ਸੋਹਣੇ ਹਾਰ ਲੈ ਆਵੀਂ ਤੂੰ, ਮੇਰੀ ਝਲਕ ਦੇਖ ਕੇ ਹੁਸਨ ਵਾਲੀ, ਕਿਉਂਕਿ ਮੇਰਾ ਰੰਗ ਪਲਿਆ ਪੈ ਚੁੱਕਾ ਹੋਣਾ, ਮੇਰੀ ਝਲਕ ਦੇਖ ਕੇ ਹੁਸਨ ਵਾਲੀ ਨੂੰ ਤੀ ਰਤਾ ਜਿਨਾ ਘਬਰਾਵੀ ਨਾ, ਮੈਂ ਪਹਿਲਾਂ ਹੀ ਦੁਖਿਆਰਾ ਆਖਦੀ ਆ ਜੀ, ਤੂੰ ਬੀਤੇ ਦਿਨਾਂ ਨੂੰ ਭੁੱਲ ਜਾਵੀਂ ਕੇਰ, ਮੈਂ ਇੱਥੇ ਆਪਣਾ ਨਾਂ ਭਰਿਆ, ਤੂੰ ਬੀਤੇ ਦਿਨਾਂ ਨੂੰ ਭੁੱਲ ਜਾਵੀਂ ਕੇਰ, ਸੁੱਤੀਆਂ ਕਲਾ ਜਗਾਵੀ ਨਾ, ਤੂੰ ਬੀਤੇ ਦਿਨਾਂ ਨੂੰ ਭੁੱਲ ਜਾਵੀਂ, ਉੱਥੇ ਆਪਣੀ ਕਹਾਣੀ ਨਾ ਛੇੜ ਕੇ ਬਹਿ ਜੀ, ਤੂੰ ਬੀਤੇ ਦਿਨਾਂ ਨੂੰ ਭੁੱਲ ਜਾਵੀਂ ਕੇਰ, ਸੁੱਤੀਆਂ ਕਲਾ ਜਗਾਵੀ ਨਾ,
मेरे जान च अड़चन पै जामी किते मेरा रोके सोग बनामी ना दिल थमिया जाना नहीं मेरा काते क्यों तू बीते दिना नू भुल जामी के सुतियां गला जगामी ना मेरे जान च अड़चन पै जामी पै जानी मेरा रोके सोग बनामी ना दिल थमिया जाना नहीं मेरा नी किते मेरे मुंह तो कफन लावी ना मैं पहला ही दुखिया रहा रोके हो वाह भी वाह बढ़िया कैंट गला है डीपली गला कर दे सो फफड़ जी जान तो पहला जेड़ी जंग जनरेशन है जेड़ा अपना कॉन्फिडेंस लेवल लो करके बैठी है जेड़े अपनी जिंदगी तो हारे बैठे है ते तुसी उना ने की मैसेज देना चाहने है अपनी नहीं उना नू जिंदगी विच जेड़ी जिनी थोड़े कोई प्रॉब्लम दी है ओदा सामना करना चाहिदा है डट के थोड़ा जड़ा जड़ा थोड़ा कॉन्फिडेंस है उनु बरकरार रखना सी बस जिन्ना चेर जिंदगी है जे अपनी जिंदगी दे विच माड़ा टाइम नहीं है तो आपा नु पता नहीं लगूगा कौन आपा ना खड़ूगा कौन जे असी फेल नहीं होंदे सानू पास होण दा पता नहीं लग सकदा असी पास किदा होवां ते सानू ओ जित दा कोई खुशी नहीं होनी है ना जद तक फेलियर नहीं आंदा जिन्ना चेर फेलियर सानू जद दा पता लगदा जद की चीज है मेहनत की होंगी सो अपनी जिंदगी चलते रहे करो क्योंकि चलद ना जिंदगी है दे लो मित्रों ते आज दी वीडियो नू करदे आ इत्थे एंड ते चैनल सब्सक्राइब करना ना भुलियो फुफड़ जी जो आओगे आप फिर थे गलता करांगे अपने सियाने टाइम इना तो बिना अपनी जिंदगी कुछ नहीं है जे कदी भी मन लो हों तो अपने नेड़े तेड़े जेड़ा कोई सियाना होंदा उन्होंने गल बात करो हुंदा जे पारकू मेरा हुंदा जे पारकू मेरा मेरा कोई कदरदार थे मेरे दबे अरमान ना इदा तबाह होते मैं तो वे अज आपां तां हुण वीडियो करन लगे आ बंद ते फुफड़ जी गल्लां हुण सुणन लगे आ बड़ियां घैंट सो मित्रो वीडियो नूं एंजॉय करो ते चैनल नूं सब्सक्राइब करना ना भुल्लियो ते नोटिफिकेशन बैल ऑन करो फुफड़ जी कह रहे इक वारी सब्सक्राइब करना ना भुल्लियो हां जी ना भुल्लियो सर जी जो कहंदे बेटा सारे कर दियो फिर ओके मित्रो मिलदे इक नवीं वीडियो नाल आई मुकेश बंसल वल्लों खुश रहो आबाद रहो चंगा जी।